ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਝੋਨੇ ਦਾ ਝਾੜ ਪਤਾ ਕਰ ਸਕਦੇ ਹੋ ਵੀ ਕਿੰਨੇ ਮਣ ਤੁਹਾਡੇ ਕਿੱਲੇ ਮਗਰ ਜਿਹੜਾ ਝੋਨਾ ਹੋਇਆ ਸਭ ਤੋਂ ਆਸਾਨ ਤਰੀਕਾ ਤੁਹਾਨੂੰ ਦੱਸਾਂਗੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਸਾ ਤੋਂ ਪਹਿਲਾਂ ਤੁਸੀਂ ਗੱਟੇ ਲਿਖਨੇ ਆ ਜਿੰਨੇ ਵੀ ਗੱਟੇ ਮੰਨ ਲਓ ਕਿੰਨੇ ਵੀ ਕਿੱਲਾਂ ਦੇ ਛੋਟੇ ਗੱਟੇ ਜਿਹੜੇ ਹੋਏ ਆ ਮੰਡੀ ਦੇ ਵਿੱਚ ਤੁਸੀਂ ਇੱਕ ਪਾਸੇ ਗੱਟੇ ਲਿਖ ਲੈਣੇ ਆ ਇੱਥੇ ਤੇ ਅਸੀਂ ਗੱਲ ਕਰਾਂਗੇ ਮੰਨ ਲਓ ਤੁਹਾਡੇ ਗੱਟੇ 256 ਹੋ ਗਏ ਆ ਤੁਸੀਂ 256 ਇੱਥੇ ਲਿਖ ਲੈਣੇ ਆ ਗੁਣਾ ਕਰ ਦੇਣਾ ਜੀ 37.5 ਦੇ ਨਾਲ ਕਿਉਂਕਿ 37 ਕਿਲੋ ਜਿਹੜੀ ਭਰਾਈ ਮੰਡੀ ਦੇ ਵਿੱਚ ਸਰਕਾਰੀ ਖਰੀਦ ਦੇ ਵਿੱਚ ਚੱਲ ਰਹੀ ਆ 256 ਗੱਟੇ ਗੁਣਾ 37.5 ਤੁਸੀਂ ਲਿਖ ਦੇਣਾ ਤੇ ਇਹਦਾ ਰਿਜ਼ਲਟ ਕੱਢ ਲੈਣਾ 9600 ਕਿਲੋ ਮਤਲਬ 96 ਕੁਆਂਟਲ ਜਿਹੜਾ ਤੁਹਾਡੀ ਜੀਰੀ ਜਾਂ ਝੋਨਾ ਹੋ ਚੁੱਕਿਆਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ 9600 ਨੂੰ ਭਾਗ ਕਰਨਾ ਜੀ 40 ਤੇ ਆਪਾਂ ਮਾਣ ਬਣਾਉਣੇ ਆ ਜਿੰਨੇ ਵੀ ਗੱਟੇ ਤੁਹਾਡੇ ਝੋਨੇ ਦੇ ਹੋਏ ਆ ਉਹਦੇ ਆਪਾਂ ਮਾਣ ਬਣਾਵਾਂਗੇ 9600 ਭਾਗ 40 ਕਰ ਲੈਣਾ ਜੀ ਤੇ 240 ਮਾਣ ਜਿੰਨੇ ਵੀ ਤੁਹਾਡੇ ਗੱਟੇ ਹੋਏ ਆ ਉਹਨਾਂ ਦਾ ਜਿਹੜਾ ਮਾਣ ਨਿਕਲੇ ਆ ਜੀ 240 ਮਾਣ 96 ਕੁਆਂਟਲ ਵਜਨ ਤੇ 240 ਮਾਣ ਜਿਹੜੇ ਚੁੜਾ ਝੋਨਾ ਨਿਕਲਿਆ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਕਿੱਲਿਆਂ ਦੇ ਹਿਸਾਬ ਨਾਲ ਵੰਡਾਂਗੇ ਮੰਨ ਲਓ ਤੁਸੀਂ ਨੇ ਵੀ ਤੁਹਾਡੇ ਕਿੱਲੇ ਆ ਉਸ ਨੂੰ ਤੁਸੀਂ ਇਹ ਵੰਡ ਲੈਣਾ 240 ਭਾਗ ਕਰ ਲੈਣਾ ਦੋ ਕਿੱਲੇ ਚਾਹੀਏ ਤੁਹਾਡੇ ਚਾਹੀਏ ਤਿੰਨ ਤੇ ਆਪਾਂ ਤਿੰਨਾਂ ਦਾ ਹਿਸਾਬ ਕੱਢਾਂਗੇ ਜੀ 240 ਭਾਗ 3 ਆਪਾਂ ਕਿੱਲੇ ਲਿਖ ਲੈਨੇ ਇਧਰ ਨਾਲ ਤੇ ਬਰਾਬਰ ਆ ਜਾਣਾ ਜੀ 80 ਸੀ ਮਨ ਜਿਹੜਾ ਇੱਕ ਕਿੱਲੇ ਮਗਰ ਜਿਹੜਾ ਝੋਨਾ ਦਾ ਰਿਜ਼ਲਟ ਆਪਣਾ ਆ ਚੁੱਕਿਆ ਜੀ ਤੇ ਤੁਸੀਂ ਕੋਈ ਵੀ ਕਿਸਮ ਦਾ ਝੋਨਾ ਬਾਸਮਤੀ ਚਾਹੇ ਪਰਮਲਾ ਚਾਹੇ ਕਿ ਇਹ ਕੋਈ ਵੀ ਕਿਸਮ ਦਾ ਝੋਨਾ ਤੁਸੀਂ ਇਸ ਤਰੀਕੇ ਨਾਲ ਬਹੁਤ ਆਸਾਨੀ ਨਾਲ ਕੱਢ ਸਕਦੇ ਹੋ ਫਿਰ ਤੋਂ ਦੱਸ ਦਿੰਨੇ ਆ ਪਹਿਲਾਂ ਸਭ ਤੋਂ ਗੱਟੇ ਤੁਸੀਂ ਲਿਖਣੇ ਆ ਗੱਟਿਆਂ ਨੂੰ ਗੁਣਾ ਕਰਨਾ ਜੀ 37.5 ਦੇ ਨਾਲ ਜੋ ਕਿ ਸਰਕਾਰੀ ਭਰਤੀ ਹੈ ਬਰਾਬਰ 9600 ਆ ਜਾਣਾ ਜਿਹੜਾ ਅਲਰਟ ਆ ਗਿਆ ਉਸ ਨੂੰ ਜੀ 9600 ਨੂੰ ਤੁਸੀਂ ਭਾਗ ਕਰਨਾ ਜੀ 40 ਕਿੰਨਾ ਵੀ ਰਿਜ਼ਲਟ ਆ ਗਿਆ ਉਸ ਨੂੰ 40 ਤੇ ਹੀ ਭਾਗ ਕਰਨਾ ਤੁਸੀਂ ਤੇ ਬਰਾਬਰ ਜਿੰਨਾ ਰਿਜਲਟ ਆਊਗਾ ਉਹ ਮਣ ਬਣ ਜਾਣਗੇ ਤੁਹਾਡੇ ਸਾਰੇ ਝੋਨੇ ਦੇ ਚਾਹੇ ਕਿੰਨੇ ਆ ਵੀ ਕਿੱਲਿਆਂ ਦਾ ਤੁਹਾਡਾ ਜਿਹੜਾ ਝੋਨਾ ਹੈਗਾ ਉਸ ਤੋਂ ਬਾਅਦ ਆਪਾਂ ਮਣ ਕਿੱਲੇ ਮਗਰ ਵੰਡਾਂਗੇ ਵੀ ਕਿੰਨੇ ਮਣ ਇੱਕ ਕਿੱਲੇ ਨੂੰ ਜਿਹੜਾ ਝੋਨਾ ਟਲਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ 240 ਆਪਣਾ ਇੱਥੇ ਆਇਆ ਸੀ ਤੇ ਭਾਗ ਤੁਸੀਂ ਜਿੰਨੇ ਕਿੱਲੇ ਆ ਤੁਸੀਂ ਇੱਥੇ ਲਿਖ ਲੈਣੇ ਆ ਤੇ 80 ਮਣ ਜਿਹੜਾ ਇੱਕ ਕਿੱਲੇ ਮਗਰ ਜਿਹੜਾ ਰਿਜਲਟ ਆ ਚੁੱਕਿਆ ਜੀ ਤੁਹਾਨੂੰ ਸਮਝ ਆ ਚੁੱਕਾ ਹੋਏਗਾ ਉਮੀਦ ਹੈ ਤੇ ਜੇਕਰ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਅੱਗੇ ਵੀ ਚੰਗੀਆਂ ਤੋਂ ਚੰਗੀਆਂ ਵੀਡੀਓਜ਼ ਆਵਾਂਗੇ ਸਾਡੇ ਚੈਨਲ ਸਾਡੇ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਜੀ